थर की बाबा 15 हुण गड़ी गई। मेरी सारे वीरां नूं हाथ जोड़ के बेनती है, कृपा करके समाज सेवक, सभ्याचारक, धार्मिक बिरती वाले लोग, फेसबुक वड्डे विद्वान अते बीबियां साडी वीडियो ना देखण, क्योंकि साडी वीडियो दे विच गाला निकल जांदे ने। असीं पूरी कोशिश करदे हां वी गाला ना कढ़ीए, साडे वीर फिर भी आपदे जज्बातां नूं काबू नहीं कर सकते, गाल निकल जांदी है। इह वीडियो साडी लुच्चे लंडे ते काले तेल वाले वीरां वास्ते है। ना ही साडा चैनल सबसक्राइब करो, ना ही ओह घंटी दबाओ, क्योंकि YouTube Facebook ते बहुत वधिया वधिया चीज़ां पईआं, तुसीं ओह जाके देखो, साडा गंद ना देखो। धन्नवाद। हेलो पिंकी, तू कित्थे आ? हिमाचल च हाय, तू दस तां जांदी किहदे नाल आ तू? अच्छा, सारे उहदे मासी उहनी बहुत टेंशन च ने। होर कदों? हेलो पिंकी, हेलो, फोन ही मत पुत की गल बात की कहते गल तेरी हिमाचल च पैर धर लिया होना। चल कोई ना, आप जेड़ा काम देखो जी ना, थोड़े उत्थे पता लगे ना, साडे दे इत्थे गल आप दे विच आपदारी वरतो, इत्थे कोई सियाणक वरतो, कोई सही वरतो, कोई ठंडे मत सोचो जी, बैठो माड़ा मोटा विचार करो, आपका दिल तो दिमाग तो लाके जी, अपना भी फिर औखा हो जू, आप कि नक् दिखा, बहू ली बह के भज गई। देखो सरदार जी, हले पता नहीं है, आ गुडी है साडे कोल, असीं इहदा हत्थ दे देणा जी मुंडे दे हत्थ च। हाँ जी हाँ, देखो ये पढ़ी लिखी है वधिया, ए गुड्डी भाई कौन है? ਇਹ ਗੁੱਡੀ ਭਾਈ ਮੇਰੇ ਮਾਮੇ ਦੀ ਪੋਤੀ ਹੈ ਜੀ। ਅੱਛਾ ਹਾਂ, ਮੇਰੇ ਮਾਮੇ ਦੇ 5-6 ਪੋਤੀਆਂ ਸੀਗੀਆਂ, ਵਿਚਾਰਾ ਗਰੀਬ ਸੀਗਾ। ਅੱਛਾ ਅੱਛਾ, ਮੈਂ ਕਿੱਥੇ ਇੰਨੀਆਂ ਨੂੰ ਪਾਲੂ ਵਿਆਹੂ ਵਾਂਗੂ, ਤੇ ਮੈਂ ਤਾਂ ਭਾਈ ਇਹ ਜਾਂਦੀ ਆਪਦੀ ਝੋਲੀ ਪਵਾਲੀ ਸੀਗੀ। ਅੱਛਾ, ਪਟਿਆਲੇ ਪੜ੍ਹੀ ਜੀ? ਅੱਛਾ, ਜੋ ਉੱਥੇ ਰਹਿੰਦੀ ਹੈ, ਯੂਨੀਵਰਸਿਟੀ ਪੜ੍ਹੀ ਹੈ ਜੀ ਪਟਿਆਲੇ। ਹਾਂ ਠੀਕ ਆ ਭਾਈ, ਠੀਕ ਹੈ। ਹਾਂ ਜੀ, ਦੇਖੋ ਭਾਈ ਅਸੀਂ ਤਾਂ ਨਹੀਂ ਲੈਣਾ ਭਾਈ ਰਿਸ਼ਤਾ ਹੱਥ ਚੋਂ ਬੰਨਣਾ। ਨਾ ਜੀ, ਆ ਨਾ ਇਹ ਨਾ ਕਰੀ ਨਹੀਂ ਜੀ, ਆਪਾਂ ਲਵਾਂਗੇ ਰਿਸ਼ਤਾ, ਆਪਾਂ ਕੀ ਮੂੰਹ ਖਾਣਾਂਗੇ ਪਿੰਡ ਚ ਜਾ ਕੇ। हाथ बन के बेनती है सरदार जी, ठीक है, तुसी बैठ के ठंडे दिमाग नाल दिल तो दिमाग तो काम करो। पढ़ी लिखी सोहनी भी है कुड़ी, किन्नी पढ़ी है कुड़ी तू? जी मैं एमए फर्स्ट ईयर। देख किन्नी अंग्रेजी घोलदी है, देख तुझे पसंद है? हां मैनू तां पसंद है। पढ़ी लिखी है, तेन ट्यूशन पढ़ाए, तेन सोहनी अपनी बेइज्जती हुई, सारियां एको जिहियां नहीं। बापू हां हूं नहीं करनी है, मैं पता है। चल कोई ना, उड़िया सारे दसते होंगे पिंकी कांटा जा भी इत्थे पिया। चल आप गल सुन, ले गल सुन, लै कुछ नहीं हुंदा, हुण ब्याह करा ला।
ਬਾਪੂ ਕਹੇ ਜੀ ਗੱਲਾਂ ਕਰਦਾ ਹੁਣ ਫੇਰ ਤੂੰ ਉਹੀ ਜੀ ਗੱਲਾਂ ਕਰਨ ਲੱਗ ਗਿਆ ਯਾਰ ਕੁੜੀ ਚੋਦ ਆਪਣੀ ਪਿੰਡ ਚ ਇੱਜ਼ਤ ਰਹਿਜੂ ਭੈਣ ਦਾ ਯਾਰਾ ਨਹੀਂ ਪਿੰਡ ਚ ਕਹਿਣਗੇ ਮੱਗਰ ਪੱਖੀ ਪਾੜ ਕੇ ਬਹੂ ਭੱਜ ਗਈ ਓਏ ਬਾਪੂ ਕੋਈ ਨੀ ਕਹਿੰਦਾ ਹੈਗਾ ਉਹ ਜਿਹੜੀ ਕੁੜੀ ਤੈਨੂੰ ਮੈਂ ਪਹਿਲਾਂ ਦੱਸਿਆ ਸੀ ਨਾ ਵੀ ਮੇਰੀ ਹੈਗੀ ਕਿਸੇ ਦੀ ਉਹਦੇ ਨਾਲ ਵਿਆਹ ਕਰਵਾ ਲੂੰਗਾ ਹੁਣ ਮੈਂ ਉਹਨੂੰ ਮੈਂ ਦੱਸਿਆ ਨਹੀਂ ਹੈਗਾ ਵੀ ਮੇਰਾ ਵਿਆਹ ਹੋ ਗਿਆ ਓਏ ਉਹਦੇ ਨਾਲ ਕੀ ਕਰਨਾ ਹੁਣ ਨਾਲ ਦੀ ਨਾਲ ਹੀ ਟਾਂਕਾ ਫਿੱਟੋ ਜੇ ਨਾ ਕਿਸੇ ਨੂੰ ਪਤਾ ਲੱਗੇ ਨਾ ਗੱਲ ਨਾ ਬਾਤ ਓਏ ਯਾਰ ਬਾਪੂ ਮੈਂ ਮੂੰਹ ਨਹੀਂ ਕਰਾਉਂਦਾ ਕੀ ਪਤਾ ਇਹ ਵੀ ਇਹੋ ਜੀ ਹੋਵੇ ਓਏ ਨਹੀਂ ਕੁੜੀ ਚੋਦਾ ਮੈਨੂੰ ਤਾਂ ਇਹ ਕੁੜੀ ਵਰਜਨ ਲੱਗਦੀ ਹੈ ਆਹੋ ਤੈਨੂੰ ਤਾਂ ਸਾਰਾ ਕੁਛ ਵਰਜਨ ਲੱਗਦਾ ਹੁੰਦਾ ਓ ਨਹੀਂ ਮੈਂ ਤਾਂ ਪਿੱਠ ਦੇ ਕੇ ਨਾਲ ਕੀ ਦੱਸਦਾ ਨਾ ਮਰੀ ਜਾਂਦਾ ਪਕਾਈ ਓ ਨਾਲੇ ਗੱਲ ਹੋਰ ਕੁੜੀ ਚੋਦਿਆ ਤੇ ਦੁੱਧ ਵਾਲੇ ਭਾਂਡੇ ਦਾ ਦੇਖ ਲੈ ਬਾਪੂ ਬਸ ਤੂੰ ਤਾਂ ਦੁੱਧ ਵਾਲੇ ਭਾਂਡਿਆਂ ਤੇ ਡੁੱਲ ਗਿਆ ਮੈਨੂੰ ਪਤਾ ਲੱਗ ਗਿਆ ਹੁਣ ਵਧੀਆ ਕੁੜੀ ਹੈ ਮੰਨ ਲੈ ਕਰ ਓ ਬਾਪੂ ਮੈਂ ਨਹੀਂ ਕਰਵਾਉਂਦਾ ਹੈਗਾ ਤੇਰੇ ਮੂਹਰੇ ਹੱਥ ਬਣਦਾ ਤੈਨੂੰ ਮੈਂ ਪਹਿਲਾਂ ਵੀ ਤੇਰੀਆਂ ਬਥੇਰੀਆਂ ਮਿੰਟਾਂ ਕੱਢੀਆਂ ਸੀ ਤੂੰ ਤਾਂ ਕਹਿੰਦਾ ਜੀ ਉਹ ਵੀ ਆਏ ਆ ਫਲਾਣਾ ਤੇ ਉਹ ਗੱਲ ਹੋਰ ਸੀ ਸਿਆਣੇ ਦਾ ਕਹਿ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗ ਗਿਆ ਉਹ ਤੂੰ ਫਸ ਗਿਆ ਸੀ ਇਹ ਤਾਂ ਅਸੀਂ ਕਹਿਣਾ ਮੈਨੂੰ ਕੁੜੀ ਸਿਆਣੀ ਲੱਗਦੀ ਮੰਨ ਲੈ ਕਰ ਬਾਪੂ ਗੱਲ ਸੁਣ ਲੈ ਇਹ ਤਾਂ ਪਟਿਆਲੇ ਪੜਦੀ ਆ ਇਹਦੇ ਕੀ ਪਤਾ ਕਿੰਨੇ ਕੁ ਹੋਣਗੇ ਆਸਕ ਓਏ ਨਹੀਂ ਹੈਗੇ ਯਾਰ ਮਰੀ ਜਾਂਦਾ ਪਕਾਈ ਤੂੰ ਮੈਂ ਕੰਮ ਧੰਦਾ ਵੀ ਆਉਂਦਾ ਕੀ ਕੱਲੀ ਪੜਦੀ ਰਹੀ ਆ ਸਾਰੇ ਕੰਮ ਆਉਂਦੇ ਨੇ ਮੰਮੀ ਜੀ ਅੱਛਾ ਖਾਣਾ ਬਣਾਵਾ ਨਹੀਂ ਤੂੰ ਹਾਂਜੀ ਹਾਂ ਅੱਛਾ ਧਾਰਾਂ ਤੂੰ ਨਾ ਕੱਢ ਲੈਂਦੀ ਆ ਧਾਰਾਂ ਨਹੀਂ ਮੈਨੂੰ ਆਉਂਦੀਆਂ ਅੱਛਾ ਹੋਰ ਕਿਹੜੇ ਕਿਹੜੇ ਕੰਮ ਆਉਂਦੇ ਆ ਸਬਜ਼ੀ ਕੱਟਣਾ ਰੋਟੀ ਪਕਾਉਣਾ ਆਟਾ ਗੁੰਨਣਾ ਚਾਹ ਬਣਾਉਣੀ ਕਾਫੀ ਬਣਾਉਣੀ ਸਾਰਾ ਕੰਮ ਆਉਂਦਾ ਮੈਨੂੰ ਅੱਛਾ ਤੂੰ ਤਾਂ ਬਹੁਤ ਬਾਰੀ ਨਾਲ ਉਹ ਐ ਕੁਛ ਨਹੀਂ ਹੁੰਦਾ ਜਿੱਦ ਨਹੀਂ ਕਰਦੇ ਹੁੰਦੇ ਉਹ ਬੈਠ ਜਾ ਹਾਂਜੀ ਸਰਦਾਰ ਜੀ ਬੈਠ ਬੈਠ ਦੇਖੋ ਜੀ ਮੈਂ ਤਾਂ ਇੱਕ ਗੱਲ ਹੋਰ ਕਹਿਣੀ ਚਾਹਣਾ ਸਰਦਾਰ ਜੀ ਹਾਂਜੀ ਹਾਂਜੀ ਵੀ ਕਾਕਾ ਜੀ ਦੇ ਕੁੜੀ ਨੂੰ ਮੜ ਜਾ ਇਹਨਾਂ ਨੂੰ ਵੀ ਕਰਨ 2 ਮਿੰਟ ਗੱਲਬਾਤ ਜੀ ਹਾਂ ਹਾਂ ਮੈਂ ਇਹ ਕਹਿਣਾ ਤੁਸੀਂ ਕਿਹੜਾ ਗੱਲਬਾਤ ਕਰ ਲਓ ਹਾਂਜੀ ਹਾਂ ਉਹ ਤਾਂ ਕਰ ਲਓ ਕਰ ਲਓ ਤੇ ਚੰਗਾ ਹੁੰਦਾ ਉਹ ਕੋਸ ਨਹੀਂ ਹੁੰਦਾ ਕਰ ਲਓ ਕਰ ਲਓ ਮੇਰੀ ਮੰਗੀ ਦੀ ਆ ਆ ਜੀ ਕਰ ਦੋ ਸਿਆਣੇ ਦੀ ਬਾਹਰ ਗੱਲ ਨਹੀਂ ਸਿਆਣੇ ਦੀ ਮੰਨ ਲੈ ਕੇ ਗੱਲ ਕਰ ਰਹੇ ਹੋ ਅੰਦਰ ਗੱਲਬਾਤ ਕਰ ਜਾ ਪੁੱਤ ਸਮਝਣਾ ਮੈਂ ਜਾ ਹਾਂ ਮੈਂ ਜਾ ਪੁੱਤ ਸਾਰੇ ਗੱਲਾਂ ਪਤਾ ਖੁੱਲ ਕੇ ਕਰ ਲਓ ਹਾਂ ਦੇਖ ਲਓ ਹੁਣ ਆਪਣਾ ਵੀ ਨਾਲੇ ਸਾਰਾ ਕੁਝ ਲੋਟ ਰਹਿ ਜੂਗਾ ਦੇਖੋ ਜੀ ਬੱਚੇ ਨੇ ਇਹ ਫਿਰ ਹੈ ਜੂ ਆਈ ਹੋ ਜੂਗਾ ਮੈਡਮ ਕਰ ਸਕਦਾ ਪਤਾ ਕੀ ਹੁਣ ਤਾਂ ਕੈਟ ਹੋ ਰਹੀ ਜੀ ਹੁਣ ਤਾਂ ਕੀ ਹੁੰਦਾ ਹੱਥ ਮੰਨ ਕੇ ਬੇਲੇ ਨਾਲੇ ਇੱਜ਼ਤ ਥੋੜੀ ਰਹਿ ਜੂ ਨਾਲੇ ਸਾਡੀ ਰਹਿ ਜੂਗੀ ਨਹੀਂ ਨਹੀਂ ਅਸੀਂ ਇੱਜ਼ਤ ਥੋੜੀ ਰੱਖਾਂਗੇ ਅਸੀਂ ਤਾਂ ਨੂੰ ਆਏ ਅੱਜ ਧੰਨਵਾਦ ਜੀ ਤੁਸੀਂ ਸਾਡੀ ਇੱਜ਼ਤ ਰੱਖ ਲਈ ਜੀ ਦੇਖ ਲਓ ਜੀ ਪੂਰੀ ਪੜੀ ਵੀ ਆ ਆਪਾਂ ਉਹ ਕੀ ਭਾਲਦੇ ਸਿਆਣੀ ਵੀ ਮੈਂ ਪੁੱਛ ਲਿਆ ਸਾਰਾ ਖਾਣਾ ਬਣਾਉਣਾ ਚਾਹ ਕੌਫੀ ਹੋਰ ਕੀ ਕਰਦੇ ਹੋ ਅੱਜ ਕੱਲ੍ਹ ਤੁਸੀਂ ਜੀ ਮੈਂ ਪਟਿਆਲੇ ਐਮਏ ਫਸਟ ਈਅਰ ਓਕੇ ਏਜ ਕਿੰਨੀ ਆ ਤੁਹਾਡੀ ਮੇਰੀ 25 ਸਾਲ ਹੈ ਫਿਰ ਤਾਂ ਤੁਸੀਂ ਬਹੁਤ ਵੱਡੇ ਹੋ ਨਾ ਬੁਆਏਫ੍ਰੈਂਡ ਕਿੰਨੀ ਦਾ ਤੁਹਾਡੇ ਜੀ ਮੇਰਾ ਕੋਈ ਬੁਆਏਫ੍ਰੈਂਡ ਨਹੀਂ ਹੈਗਾ ਲੱਗਦਾ ਤਾਂ ਆ ਜਿਵੇਂ ਹੁੰਦੇ ਨੇ 4-5 ਨਹੀਂ ਨਹੀਂ ਮੇਰਾ ਕੋਈ ਬੁਆਏਫ੍ਰੈਂਡ ਨਹੀਂ ਹੈ ਹਾਂਜੀ ਨੇਮ ਕੀ ਤੁਹਾਡਾ ਮੇਰਾ ਨਾਮ ਜੋਤੀ ਜੀ ਪਿੰਕੀ ਵਾਲਾ ਕੰਮ ਤਾਂ ਨਹੀਂ ਹੈਗਾ ਕਿਤੇ ਨਹੀਂ 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 ਜੀ ਮੈਂ ਤਾਂ ਤੂੰ ਬੋਲ ਐਂਡ ਏਂਜਲ ਨਾਲ ਬਿਲਕੁਲ ਸੇਲ ਕਰ ਦੇ ਨਾ ਕੋਈ ਲੱਗਿਆ ਹੁਣ ਤੱਕ ਚਾਬੀ ਨਾ ਕੋਈ ਲੱਗਿਆ ਪਾਨਾ ਮੈਨੂੰ ਤਾਂ ਲੱਗਦਾ ਨਹੀਂ ਇਹ ਹੋਊਗਾ ਨਹੀਂ ਨਹੀਂ ਬਾਕੀ ਤੁਸੀਂ ਪਾਰਕ ਕੇ ਦੇਖ ਲਿਓ ਓਕੇ ਹਾਂਜੀ ਹੋਰ ਤੁਸੀਂ ਜਿੰਮ ਜਾਂਦੇ ਹੋ ਜੀ ਹਾਂਜੀ ਹਾਂ ਚਲੋ ਚੰਗਾ ਹੈਲਦੀ ਫਿਲਮ ਜਲਦੀ ਸੇਤੂ ਬਣਾਉਣ ਚੱਲੀ ਤੇ ਭਾਈ ਮੈਨੂੰ ਲੱਗਦਾ ਕੁੜੀ ਤੇ ਮੁੰਡੇ ਨੇ ਇੱਕ ਦੂਜੇ ਨੂੰ ਕਰ ਲਿਆ ਪਸੰਦ ਜਿਹੜੇ ਨਿਕਲੇ ਨਹੀਂ ਅੰਦਰੋਂ ਹਲੇ ਤੱਕ ਇਹ ਪੈਣੇ ਸਾਡੀ ਵੀ ਇੱਜ਼ਤ ਰਹਿ ਜੂ ਪਿੰਡ 'ਚ ਚੰਗੀ ਗੱਲ ਆ ਭਾਈ ਚੰਗੀ ਗੱਲ ਹੈ ਅਸੀਂ ਰੱਖ ਲਓ ਤਾਂ ਮਾਰ ਕੇ ਤੇ ਰਹਿੰਦੇ ਹਾਂ ਦੇਖ ਕੇ ਹਾਂ ਕਾਕਾ ਜੀ ਦੱਸੋ ਭਾਈ ਕੀ ਸਲਾਹ ਬਣਾਈ ਫਿਰ ਪਸੰਦ ਹੈ ਕੁੜੀ ਤੈਨੂੰ ਬਾਪੂ ਤੋਂ ਪੁੱਛ ਲਓ ਜੇ ਮੈਂ ਕਹਿੰਦੀ ਉਹ ਨਹੀਂ ਕਰ ਲੈ ਕਹੀ ਜੇ ਗੱਲਾਂ ਕਰਦਾ ਭਾਈ ਕਾਕਾ ਵਿਆਹ ਤੈਅ ਕਰਨਾ ਬਾਪੂ ਨੂੰ ਥੋੜੀ ਕਰਾਉਣਾ ਉਹ ਭਾਈ ਅੱਧਾ ਵਿਆਹ ਤਾਂ ਭਾਈ ਮੈਂ ਹੀ ਕਰਾਉਣਾ ਉਹ ਵੀ ਭਾਈ ਜੋਤੀ ਨੀ ਕਹਿਣਾ ਕਿਸੇ ਨੇ ਜਿਹਦਾ ਨਾਮ ਪਿੰਕੀ ਰੱਖ ਦੇਣਾ ਆਪਾਂ ਨੇ ਆਪਾਂ ਕਹਿੰਦਾ ਉਹੀ ਪਿੰਕੀ ਹੈ ਸਹੀ ਗੱਲ ਹੈ ਸਹੀ ਗੱਲ ਕਿਸੇ ਨੂੰ ਨਾ ਦੱਸਿਓ ਨਾ ਕਿਸੇ ਨੂੰ ਪਤਾ ਲੱਗੇ
ਠੀਕ ਹੈ ਜੀ ਲੈ ਤੂੰ ਐ ਕਰ ਹੁਣ ਕੁੜੀ ਲੈ ਚਵਾਰੇ ਚ ਨਾ ਤਾਂ ਤੇ ਪਵਾਲੇ ਸੂਟ ਹੋਣ ਨਾਲੇ ਪਾਲੇ ਟਿੱਕੀ ਸੂਟ ਪਾ ਦੋ ਚਾਰ ਬਾਕੀ ਕੱਪੜੇ ਦਾ ਉੱਤੇ ਨੰਬਰ ਪਾਈ ਹਾਂ ਟਿੱਕੀ ਦੇ ਬੰਦ ਪਾ ਦੋ ਸੂਟ ਪਾ ਦੋ ਪੰਜ ਪਾ ਦੋ ਚਾਰ ਪਾ ਦੋ ਕਰ ਅਸੀਂ ਲਿਬਾ ਮੈਂ ਟਿੱਕੀ ਆ ਸੂਟ ਲੈ ਕੇ ਨਹੀਂ ਗਈ ਹੈਗੀ ਸਾਰੇ ਆ ਉਹ ਕੋਈ ਦਾ ਸੂਟ ਤੇ ਲਾ ਕੇ ਦੋ ਚਾਰ ਜਿੰਨੇ ਹੈਗੇ ਨੇ ਪਾ ਦੋ ਪਾ ਦੇ ਅੱਜ ਬਸ ਸੂਟ ਪਾ ਲੈ ਲੈ ਜੀ ਸੂਟਾਂ ਦੇ ਢੇਰ ਪਾ ਦਾਂਗੇ ਛੇਤੀ ਤਿਆਰ ਕਰ ਲੈ ਅਸੀਂ ਵੀ ਜਾਣਾ ਪਿੰਡ ਖੜੀ ਹੋ ਕੇ ਰੱਖ ਦੇ ਲੰਗੀਆਂ ਤਾਂ ਫਿਰ ਮੈਂ ਤਿਆਰ ਕਰ ਦਾਂ ਕੁੜੀ ਹੋਰ ਸੁਭ ਕਮਾਈ ਦੇ ਨਹੀਂ ਰਹਿ ਕਰਦੇ ਚੱਲ ਕਰ ਲੈ ਜਾ ਚਲੋ ਮਾਤਾ ਵਧੀਆ ਸਦਾ ਜੀ ਸਾਡੇ ਵੱਲੋਂ ਦੇਖੋ ਜੀ ਅਸੀਂ ਬਹੁਤ ਰੀਣੀ ਆ ਤੁਹਾਡੇ ਜੀ ਚਲੋ ਹੱਥ ਬਣ ਗਏ ਤੁਸੀਂ ਸਾਡੀ ਵੀ ਇੱਜ਼ਤ ਰੱਖਣੀ ਆਪਦੀ ਰੱਖਣੀ ਕੋਈ ਗੱਲ ਨੀ ਹੋ ਜਾ ਤਿਆਰ ਬਾਈ ਸ਼ੀਰ ਹੋਰ ਨੀ ਮੇਰੇ ਤੋਂ ਮਾੜੇ ਛੇਤੀ ਕਰਦੇ ਹੋ ਆਜਾ ਲੰਘਿਆ ਤੈਨੂੰ ਪਤਾ ਤਾਂ ਹੈਗਾ ਕੰਜਰ ਦਿਆ ਸਾਡੇ ਕੋਲੇ ਬੀੜੀਆਂ ਚੋਕਰੇ ਪੈਸੇ ਮੁੱਕੇ ਪਏ ਸੀ ਮੈਂ ਹੀਰੇ ਨੂੰ ਮੈਂ ਚਾਲਾ ਪਾ ਭੈਣ ਚ ਮਲਕੀ ਡੰਗ ਲਾ ਲੈਣੇ ਅੱਜ ਉਹ ਮੇਰੀ ਗੱਲ ਸੁਣ ਰਹੀ ਪਿੰਕੀ ਨੇ ਭੈਣ ਦੇ ਯਾਰ ਉਹ ਬਾਕਾ ਕਰਤਾ ਕੀ ਬਾਕਾ ਕਰਤਾ ਓਏ ਪਿੰਕੀ ਦਾ ਭੱਜ ਗਈ ਸਾਰਾ ਟੱਬਰ ਉਹਨਾਂ ਦੇ ਘਰੇ ਬੈਠਾ ਗਾ ਇੱਥੇ ਆਇਆ ਹੋਰ ਮੁੰਡਾ ਵੀ ਨਾਲ ਹੀ ਆਇਆ ਓਏ ਮੁੰਡਾ ਵੀ ਨਾਲ ਹੀ ਆ ਭੈਣ ਦੇ ਯਾਰ ਉਹ ਪਹਿਲਾਂ ਐ ਦੇਖ ਲੋ ਵੀ ਇੱਕ ਦੋ ਤਿੰਨ ਚਾਰ ਹੈ ਚਾਰ ਜਣਿਆਂ ਦਾ ਫੁੱਦੂ ਬਣਾ ਗਈ ਹੋਰ ਹੋਰ ਗੱਲਾਂ ਸੁਣਦੇ ਸਾਰੇ ਜਾਣੇ ਮੈਂ ਤੁਹਾਨੂੰ ਬੁਲਾਉਣੀ ਆਇਆ ਅੱਛਾ ਹੋਰ ਉਹਨਾਂ ਦੇ ਤਾਂ ਪੁੱਤ ਕਲੇਸ਼ ਪੂਰਾ ਚੱਲੀ ਜਾਂਦਾ ਰੀਟਾ ਫਿਰ ਤਾਂ ਆਪਣੀ ਲੋੜ ਆ ਇੱਥੇ ਆਪਣਾ ਸਾਰਾ ਸਹਿਯੋਗ ਦੇਣਾ ਜ਼ਰੂਰੀ ਆ ਹੁਣ ਤੈਨੂੰ ਸਾਧਮਾ ਵੱਧ ਲੱਗਾ ਲੈਣਾ ਤੈਨੂੰ ਭਾਈ ਕਹਿੰਦੀ ਸਾਰੇ ਕਾਲਜ ਚੱਲ ਮਾਲ ਕਾਪੀ ਹੈ ਜੀ ਚਲੋ ਅੰਦਰ ਪੇਟੇ ਦਾ ਕੱਪੜਾ ਲਿਆ ਦੇ ਹਾਂ ਚੱਕ ਲਿਆ ਚੱਕ ਆਇਆ ਹੁਣ ਕੱਲੀ ਤੋੜ ਦੋ ਸੂਟਾਂ ਦੇ ਜ਼ਰੂਰੀ ਨੇ ਸਰਦਾਰ ਜੀ ਤੇ ਬਾਕੀ ਭਾਈ ਤੁਸੀਂ ਵੀ ਮਾਰੋ ਹੁਣ ਗੇੜਾ ਤੁਸੀਂ ਪਿੰਡ ਆਈ ਨੀ ਸਾਡੇ ਜਮੀ ਕੋਈ ਨਾ ਬਣਿਆ ਸਰਦਾਰ ਜੀ ਮਾਰਾ ਨੀ ਗੇੜਾ ਜ਼ਰੂਰ ਮਾਰਨਾ ਇੱਕ ਅੱਧੇ ਦਿਨ ਚ ਹੀ ਆਇਓ ਭਾਈ ਤੁਸੀਂ ਮਾਰ ਕੋਈ ਨੀ ਤੁਸੀਂ ਰੱਖੋ ਭਾਈ ਨਾਲ ਠੀਕ ਹੈ ਗੱਡੀ ਤੱਕ ਤਾਂ ਵਿਦਾ ਕਰਨੇ ਆਪਾਂ ਨੂੰ ਆ ਜਾਓ ਚਲੋ ਚਲੋ
ਪਿੰਡ ਭਾਈ ਤੁਹਾਡਾ ਖਾਸਾ ਵੱਡਾ ਹੈ। ਹਾਂ ਸਰਦਾਰ ਜੀ ਹੈਗੀ 8000 ਵੋਟ ਦੇ ਲੈ ਜੀ। 8000 ਵੋਟ ਐਡਾ ਪਿੰਡ ਹੈ। ਹੋਰ ਹੋਰ ਜੀ ਲੈ ਕਾਕਾ ਜੀ ਖੋਲੋ ਟਾਕੀਆਂ ਬੈਠੋ ਕਰ ਬੈਠ ਕਰ ਕਰ ਮੁੰਡਾ ਗੱਡੀ ਚੱਟ ਨਹੀਂ ਬਸ ਕਰ ਕੇ ਮੈਂ ਖੇਖਣ ਲੱਗੇ ਕਰਨ ਮੇਰੇ ਸਰ ਦੀ ਪਹਿਲਾਂ ਥੋੜੀ ਰੋਈਦੀ ਜਾਣਦੇ ਹੁਣ ਐਵੇਂ ਹੀ ਖੜੀਆਂ ਚਰਤਰ ਕਰੀ ਜਾਂਦੇ ਨੇ ਯਾਰ। ਹੋਰ ਸਰਦਾਰ ਜੀ ਹੋਰ ਤਾਂ ਕੰਮ ਨਹੀਂ ਹੈਗਾ ਦੇਖ ਕੇ ਫੇਰ ਲੱਗੇ ਪੈਣ ਪਾਉਣ ਚੱਪ ਕਰ ਜਾ ਮਨ ਨੂੰ ਸੰਦੇ ਚਾ ਡੱਕ ਕਾ ਕੇ ਬਾਜੋ ਬਾਜੋ ਆਇਓ ਬਈ ਪਿੰਡ ਦਾ ਮਾਰੋ ਜ਼ਰੂਰ। ਹਾਂ ਸਰਦਾਰ ਜੀ ਹੂ ਕਿਹੜਾ ਮਾਰਾਂਗੇ ਆ ਕੇ ਜਾ ਸੰਗਾ। ਹਾਂ ਆ ਬਾਜੋ ਬਣੀ ਹੈ ਬੈਠੋ ਬੈਠੋ ਬਸ ਕਰ ਹੁਣ ਬਸ ਕਰ ਛੱਡ ਦੇ ਖੰਡ ਕੱਪੜ ਮਨ ਕਾ ਕੇ ਕਿਵੇਂ ਲੱਗੀ ਜੇ ਰੱਖਿਆ ਹੁਣ ਸਾਨੂੰ ਆ ਕਰਨਾ ਮੌਤ ਆ ਜਿੱਟਾ ਬਈ ਧਿਆਨ ਰੱਖਿਆ ਜੀ ਨਾ ਕੰਨੇ ਕੋਟ ਬਣੀ ਹੈ ਜਾਂ ਜਾਣਾ ਅਰੇ ਇਸ ਫਨੀ ਜਾਂਗਾ ਇਹ ਲੱਗਿਆ ਪੈਣ ਪਾਉਣ लांबा देख गए काला मोर के किसी पासे निकल गई भज गई सानू नीमा दिखा गई मड़ी लादा हौली बोलो किसी ने कहा गेड़ा मार के आवे नाले मैं थोनू लेके जाऊंगा टुट पड़े ना आके जायो तो तेनू खट्टी खट्टी बोल मार दे सोडे ये आमले दा ही हुंदे हुंदे काम साडे ही हुंदे ने ते साइड है जोगरे पैसे नहीं होंगे गड्डी कितो लियावांगे आपां गड्डी दा जुगाड़ तां मैं आपी कर लूं जुगाड़ यार मेरे सिर ते सड़ दो देखी बेइज्जती ना करा दी कोई ना Thank you.
चंगा भरा ते ना खाली मैं आटा उटा गुंदी है जाके हाथे ना खाली कि ਹੋਰ ਲੈ ਲਈ ਪੁੱਤ ਭੁੱਖਾ ਨਾ ਰਹਿ ਜੀ ਕਿਤੇ ਚੰਗਾ ਚੰਗਾ ਉੱਤੇ ਲੈ ਤੇਰਾ ਬਾਪੂ ਵੀ ਖਾਇਆ ਨਾ ਪਤਾ ਨਹੀਂ ਕਿੱਧਰ ਗਿਆ ਹੋਇਆ ਇਹ ਆਦਮੀ ਇੱਥੇ ਬੈਠਾ ਹੋ ਕਿਤੇ ਉਹ ਹਰੇਕ ਬੋਲੇ ਖੜ ਜਾਂਦਾ ਦੰਦਾਂ ਦਾ ਗਲੱਤੀ ਬਾਲਾ ਹੈ ਤਾਂ ਹੀ ਆ ਪੁੱਤ ठीक है मेरे सारा जिंदा ही ला दांगे।